वाहेगुरु सतनाम करो बरकत। ਮੈਲ ਪਰ ਦਾਵ ਰੱਖਣੀ ਪੈਂਦੀ ਘੱਟ ਵੱਧ ਝੋਕ ਦੀ ਪੁੱਛ ਲਾ ਰੱਖਣੀ ਪੈਂਦੀ ਹੈ ਨਾ ਵਾਲਾ ਵਾਲਾ ਤਾਂ ਮੈਂ ਨਾਲ ਜਾਣੀ ਦੇਖ ਲੈ ਕੋਈ ਫਾਇਦਾ ਹੀ ਨੀ ਜੋ ਕਾਲਾ ਬਣ ਗਿਆ ਉਹ ਤਾਂ ਹੀ ਤਾਂ ਤੈਨੂੰ ਐਕਸਪੀਰੀਅੰਸ ਵਾਲੇ ਬੰਦੇ ਨੂੰ ਘੇਰਿਆ ਮੈਂ 3 ਵਜੇ ਤੇ ਛਣ ਛਣ ਹੋਣ ਲੱਗ ਜਾਂਦੀ ਕਲਾੜੀਆਂ ਪਰ ਤੜਕੇ ਨੂੰ ਧੁੰਦਾ ਪਈਆਂ ਵੀ ਆ ਕੂੜਾ ਪਿਆ ਪਿਆ ਪਰ ਠੰਡ ਬਹੁਤ ਕੋਈ ਨਹੀਂ ਲੱਗਦੀ ਆ ਫਿਰ ਝੋਕਾ ਲੱਗ ਗਿਆ ਜਾਂ ਝੋਕ ਲੱਗ ਗਿਆ ਫਿਰ ਤਾਂ ਨੇੜੇ ਨੂੰ ਬੈਠੀ ਜਾਂਦੇ ਤੇ ਸਾਰੇ ਉਹਦੇ ਕੋਲ ਐਨ ਕੁਰਸੀ ਬਣਾਈ ਹੁੰਦੀ ਧੁੰਦਲੇ ਕੋਲ ਦਸਾਂ ਲਾ ਕੇ ਬੈਠੇ ਨੇ ਝੋਕਾ ਨੇ ਝੋਕਾ ਲਾਈ ਆ ਆ ਡੰਡਾ ਜਾ ਕਾਨੂੰ ਮਾਰਦਾ ਉਹ ਹਾਏ ਢੇਰੀ ਲੱਗੀ ਨੀ ਸਵਾ ਦੀ ਅੱਛਾ ਫੋਡੀ ਕਲਾੜੀ ਲੱਗ ਗਈ ਕਿ ਕੀਲੇ ਦੇ ਵਿੱਚ ਆਪਣੀਆਂ ਦੋ ਕਲਾੜੀ ਹੁੰਦੀ ਤੇ ਸਾਡੇ ਵਾਲੀ ਮੋਟਰ ਪਰ ਤਾਂ ਤੁਹਾਡੇ ਵਾਲੀ ਪਰ ਦੇਖ ਲੈ ਤੂੰ ਸਾੜੀ ਫਿਰ ਤੁਹਾਡੀ ਆ ਗਈ ਇਹਦਾ ਗਾ ਲੰਬੜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਸਭ ਨੂੰ ਦੇਰ ਰੋਕਤਾ ਬਖਸ਼ੇ ਜੀ ਸਾਰੇ ਆਪਣੀ ਆਪਣੀ ਜ਼ਿੰਦਗੀ 'ਚ ਮਾਣੋ ਜੀ ਆਨੰਦ ਲੱਗਿਆ ਜੀ ਅੱਜ ਗੁੜ ਕੱਢਣ ਦੇਸੀ ਕਲਾੜੀ ਆਪਣੀ ਪੂਰੀ ਦੀ ਕਲਾੜੀ ਹੈ ਜੀ ਇਹ ਤੁਸੀਂ ਅਮਨ ਵਾਲੀ ਵੀਡੀਓ ਦੇ ਵਿੱਚ ਅਕਸਰ ਉਹਨੂੰ ਮਿਲਦੇ ਰਹਿੰਦੇ ਆ ਕਰ ਲਿਆ ਜੀ ਜਗਾੜ ਫਿੱਟ ਧੋ ਲਈ ਕਲਾੜੀ ਪਾਣੀ ਪੂਣੀ ਮਾਰ ਰਹੇ ਹਾਂ ਜੀ ਸਫਾਈ ਕਰਕੇ ਫਿਰ ਹੁਣ ਚਲਾਵਾਂਗੇ ਪਹਿਲਾਂ ਤਾਂ ਜੀ ਮਿਲੋ ਪਾਪਾ ਜੀ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਮਾਨ ਆ ਗਿਆ ਜੀ ਸਾਰਾ ਜੀ ਲਓ ਜੀ ਭੂਰੀ ਨੂੰ ਵੀ ਮਿਲੋ ਭੂਰੀ ਲੱਗਿਆ ਹੋਇਆ ਇੱਧਰ ਕਲਾੜੀ ਇਹਦੀ ਆਪਣੇ ਕੜਾਹੇ ਦੀ ਸੈਟਿੰਗ ਕਰਨ ਫਿਰ ਦੱਬਦੇ ਹਾਂ ਅਸੀਂ ਵੀ ਹੁਣ ਕਲਾੜੀ ਦਾ ਬਟਨ ਜਨਰੇਟਰ ਕਰ ਲਿਆ ਫਿੱਟ ਜੀ ਨਾਲ ਕਿੰਨਾ ਕੁ ਟਾਈਮ ਲੱਗੂਗਾ ਪੂਰੀ ਚਲਾ ਦੀਏ ਹੋ ਗਿਆ ਸੈੱਟ ਚਲੋ ਹੁਣ ਦੇਖਦੇ ਜੀ ਦੱਬਦੇ ਹਾਂ ਟਰੈਕਟਰ ਦਾ ਜਾ ਕੇ ਬਟਨ ਕਿਹੜੇ ਗੇਅਰ 'ਚ ਚੱਕਰ ਕਰਦਾ ਹੈ ਬਰਾਬਰ ਉਹ ਦੇਖਦੇ ਹੁਣ ਇੱਦਾਂ ਲੱਗਿਆ ਵਾ ਹੁਣ ਤੇਰੇ ਆਹ ਮੀਟਰ ਚੱਲਦੇ ਕਿਵੇਂ ਪਤਾ ਲੱਗੂਗਾ ਅੱਛਾ ਠੀਕ ਹੈ ਸਰ ਵਾਹਿਗੁਰੂ ਸਤਨਾਮ ਚਲਾਤਾ ਜੀ ਗੱਡਾ ਠੰਡਾ ਬਹੁਤ ਆ ਮਿੱਠਾ ਵੀ ਹੈਗਾ ਠੰਡਾ ਤਾਂ ਵਧੀਆ ਨੱਕ ਨੂੰ ਖਾਰਦਾ ਇੱਕ ਵੇਲੇ ਤਾਂ ਰਸ ਗਿਆ ਜੀ ਕੁਛ ਪਾਇਆ ਕੁਛ ਦੋ ਚਾਰ ਦੋ ਕੁ ਭਰੀਆਂ ਰਹਿੰਦੀਆਂ ਜੇ ਕੱਢਣ ਨੂੰ ਅਤੇ ਪਾਪਾ ਜੀ ਕਹਿੰਦੇ ਨਾਲ ਦੀ ਨਾਲ ਮੈਂ ਇੱਧਰ ਝੋਕ ਲਾਉਣਾ ਸ਼ੁਰੂ ਕਰ ਦਿੰਦਾ ਵੀ ਤੁਸੀਂ ਰਸ ਕੱਢ ਕੇ ਇਹਦੇ 'ਚ ਪਾ ਦਿਓ ਵਾਹਿਗੁਰੂ ਸਤਨਾਮ ਕਰਿਓ ਬਰਕਤ
चल पे इधर भी तू ਮਲਕੀਸੀ ਬਾਈ ਵੀ ਆ ਗਿਆ। ਸਤਿ ਸ੍ਰੀ ਅਕਾਲ ਜੀ। ਹਾਂ ਇਹ ਕਹਿੰਦਾ ਝੋਕ ਮੈਲ ਆਉਂਦਾ, ਤੁਹਾਨੂੰ ਝੋਕ ਲਾਉਣਾ ਨਹੀਂ ਆਉਂਦਾ। ਹਾਂ ਤੇ ਇੱਧਰ ਇਹ ਮੈਲ ਪਰ ਦਾਵ ਰੱਖਣੀ ਪੈਂਦੀ ਘੱਟ ਵੱਧ ਝੋਕ ਦੀ। ਹਾਂ ਇਹਨੂੰ ਪੁੱਛ ਲੈ। ਹਾਂ ਰੱਖਣੀ ਪੈਂਦੀ ਹੈ ਨਾ ਇਹ ਵਾਲਾ ਵਾਲਾ ਤਾਂ ਮੈਲ ਨਾਲ ਜੇਣੀ। ਹਾਂ ਦੇਖ ਲੈ, ਕੋਈ ਫਾਇਦਾ ਹੀ ਨਹੀਂ ਜੋ ਕਾਲਾ ਬਣ ਗਿਆ। ਉਹ ਤਾਂ ਅੱਜ ਦਾ ਤੈਨੂੰ ਐਕਸਪੀਰੀਅੰਸ ਵਾਲੇ ਬੰਦੇ ਨੂੰ ਘੇਰਿਆ ਮੈਂ। ਹੁਣ ਮੈਨੂੰ ਇਹ ਚੀਜ਼ ਦਾ ਐਕਸਪੀਰੀਅੰਸ ਹੈ ਨਹੀਂ। ਇਹ ਕੰਮ ਤੁਸੀਂ ਕਰੇ ਹੋਇਆ ਭਾਈ, ਪਹਿਲਾਂ ਦੇਖ ਲਾ, ਪਹਿਲਾਂ ਕੱਲੇ ਕੱਲੇ ਤੁਹਾਡੀ ਕਲਾੜੀ ਮੋਟਰ ਪਰ ਸਾਡੇ 3 ਵਜੇ ਤੇ ਛਣ ਛਣ ਹੋਣ ਲੱਗ ਜਾਂਦੀ ਕਲਾੜੀਆਂ ਪਰ ਤੜਕੇ ਨੂੰ। ਹਾਂ ਧੁੰਦਾ ਪਈਆਂ ਵੀ ਆ, ਕੋਰਾ ਪਿਆ ਵੀ ਆ, ਪਰ ਠੰਡ ਬਹੁਤ ਹੋਈ ਦੀ ਲੱਗਦੀ ਆ। ਫਿਰ ਝੋਕਾ ਲੱਗ ਗਿਆ, ਜਾਂ ਝੋਕ ਲੱਗ ਗਿਆ ਫਿਰ ਤਾਂ ਉਹਦੇ ਨੇੜੇ ਨੂੰ ਬੈਠੀ ਜਾਂਦੇ ਤਾਂ ਸਾਰੇ ਉਹਦੇ ਕੋਲ ਐਨੇ ਕੁਰਸੀ ਬਣਾਈ ਹੁੰਦੀ ਸੀ ਧੁੰਦਲੇ ਕੋਲ। ਹਾਂ ਦਸਾਂ ਲਾ ਕੇ ਬੈਠੇ ਨੇ, ਝੋਕਾ ਨੇ ਝੋਕਾ ਲਾਈ ਜਾਂਦਾ। ਹਾਂ ਤਾਂ ਕਲਾੜੀ ਮੈਂ ਕਹਿੰਦਾ ਪਗੜੀ ਮੀ ਰਹਿ ਗਈਆਂ। ਹੁਣ ਤਾਂ ਭਈਏ ਤੇ ਲਾਉਂਦੇ ਕਲਾੜ, ਦੇਸੀ ਕਲਾੜੀ ਤਾਂ ਇੱਕ ਆ ਇਹਨਾਂ ਦੀ ਆ, ਬਾਈ ਦਾਂ ਦੀ ਆ। ਹਾਂ ਬਾਈ ਦਾਂ ਦੀ ਇੱਕ ਪੰਮੇ ਬਾਸ। ਹਾਂ ਇੱਕ ਪੰਮੇ ਬਾਸ ਆ, ਬਸ ਤੂੰ ਗਣੀ ਨਹੀਂ ਰਹੀ। ਹਾਂ ਕੱਦ ਜਿਹੜੀ ਹਵਾ ਚੱਲ ਪਈ ਨਾ, ਹੈ ਹਵਾ ਵੀ ਕੜਾਹੇ ਨੂੰ ਠੰਡਾ ਕਰੀ ਜਾਂਦੀ ਹੈ। ਆ ਦੱਖਣ ਦੀ ਸਾਜਾ ਹੋ ਗਿਆ, ਮੌਸਮ ਵਿਗੜੂਗਾ, ਦਿਖਦਾ ਹੈ ਭਾਈ। ਹਾਂ ਹਵਾ ਨੂੰ ਖਰਾਬ ਹੋ ਜਾਂਦਾ। ਚੱਲ ਮੀਂਹ ਪੈ ਗਿਆ ਤਾਂ ਅਹਿਸਾਸ ਵੀ ਤਾਂ ਹੀ ਹੋਣਾ ਲੋਕਾਂ ਨੂੰ ਵੀ ਠੰਡ ਕਿੰਨੀ ਕੀਤੀ ਜ਼ਿਆਦਾ ਉਹ ਟਾਈਮ 'ਚ। ਚੱਲ ਪਿਆ ਟੋਬੇ ਵਾਲਾ ਇੰਜਣ, ਚੱਲ ਪਿਆ ਪਾਣੀ ਬਹੁਤ ਔਖਾ ਚੱਕਦਾ, ਜੇ ਪੰਚਾਇਤ ਪੱਕੀ ਫੀਡਿੰਗ ਕਰਾ ਦੇਵੇ ਨਾ। ਹਾਂ ਪਾਣੀ ਨਾ ਲੱਗੇ। ਹਾਂ ਸਹੀ ਗੱਲ ਆ, ਸਾਰਿਆਂ ਨੇ ਲਾਈ ਜਾਣਾ ਫਿਰ, ਚੱਕ ਥੱਲ ਮਾਰ ਲੈਂਦੀ ਆ। ਹਾਂ ਬੰਦੇ ਦਾ ਦਮ ਟੁੱਟ ਲੈਂਦਾ, ਬੰਦਾ ਅੱਕ ਕੇ ਕਹਿੰਦਾ ਸਾਲਾ ਲਾਉਣਾ ਹੀ ਨਹੀਂ। ਸਹੀ ਗੱਲ ਆ, ਨਹੀਂ ਹੈਂਡਲ ਮਾਰ ਪਾਣੀ ਬਾਹਰ, ਇੱਕ ਪਾਣੀ ਬਹੁਤ ਬਹੁਤ ਸਾਫ ਸ਼ੁੱਧ ਪਾਣੀ ਹੈ, ਹੈ ਤਾਂ ਸੁੱਧੇ ਆ ਸਾਲਾ, ਡਾਇਆ ਹੀ ਹੈ, ਡਾਇਆ ਹੀ ਹੈ ਚਲਾ ਗਿਆ ਵਾ। ਹਾਂ ਉਗਲਿਆਣ ਆਉਂਦੀ ਸੋਚ ਸੋਚ ਕੇ ਵੀ ਇਹਦੇ 'ਚ ਕਿਸੇ ਦਾ ਪਾਣੀ ਜਾ ਕੇ ਜਮ੍ਹਾਂ ਹੋਇਆ ਪਿਆ ਗਿਆ ਪਹਿਲਾਂ। ਉਹ ਕਹਿੰਦਾ ਡਟੋਲ ਦੀਆਂ ਦੋ ਟਿੱਕੀਆਂ ਖਤਮ ਕਰਨੀਆਂ ਪੈਂਦੀਆਂ ਤਾਂ ਜਾ ਕੇ ਉਹਦੀ ਮੁਸਕ ਖਤਮ ਹੁੰਦੀ ਆ ਪਾਣੀ ਦੀ। ਹੁਣ ਇਹਦੇ 'ਚ ਮਿੱਠਾ ਸੋਡਾ ਪਊਗਾ ਜੀ। ਅੱਛਾ ਅੱਛਾ ਲਓ ਸਰ, ਝੋਕ ਹੁਣ ਉਸ ਪੈ ਗਈ ਇਹਦੇ ਉੱਪਰ। ਇਹਦਾ ਪੱਤੀ ਤਾਂ ਗੱਦੀ ਰੱਖੀ ਵੀ ਆ, ਉਸ ਪੈ ਗਈ, ਪਈ ਬਾਹਰ ਇਹਦੀ ਤਾਂ ਕਰਕੇ ਹੋ ਗਿਆ। ਕੋਈ ਨਾ, ਹਾਂ ਉਹਦੇ 'ਚ ਕੁਛ ਰਸ ਹੁੰਦਾ ਨਾ ਵਿੱਚ, ਉਹਦੇ ਕਰਕੇ ਅੱਗ ਪੈਂਦੀ ਫਿਰ ਉਹਨੂੰ ਪੂਰੀ। ਸੱਚ ਕੇ ਲਾ, ਇੱਧਰ ਕੋ ਭਈਆ ਰੱਖਿਆ ਵਾ, ਕਿਆ ਕਰਦਾ ਆਹ ਸਾਲਾ ਸਿਆਪਾ ਨਾ ਪਪੂਲਰਾਂ ਦਾ। ਹਾਂ ਪੱਤੇ ਝਾੜ ਕੇ ਵਿੱਚ ਬਾਹ ਬੂਹ ਹੋ ਜਾਣੇ ਸੀ ਨਾ। ਜਿੰਨੀ ਮਿਹਨਤ ਕਰੀ ਹੋਈ ਆ ਡੰਡਾ ਜਾ ਕਾਹਨੂੰ ਮਾਰਦਾ। ਅੱਛਾ ਤੁਹਾਡੀ ਕਲਾੜੀ ਲੱਗ ਗਈ, ਇੱਕ ਕਿੱਲੇ ਦੇ ਵਿੱਚ ਆਪਣੀਆਂ ਦੋ ਕਲਾੜੀ ਹੁੰਦੀ, ਸਾਡੇ ਵਾਲੀ ਮੋਟਰ ਪਰ ਤੁਹਾਡੇ ਵਾਲੀ ਪਰ ਕਲਾੜ ਬਣ ਗਿਆ ਬੜਾ, ਫਿਰ ਕਲਾੜੀਆਂ ਦਾ ਕੰਮ ਖਤਮ ਹੋ ਗਿਆ ਹੈ ਨਾ।
चल हुन कहिंदा जिहे जिहे बंदे ओहो जिहे धंदे ਉਹੋ ਜਿਹੇ ਧੰਦੇ ਕਰ ਲਏ ਸੀ ਆਪਣੇ ਘਲਾੜਾਂ ਪਰ ਜਾਂਦਾ ਅਗਲਾ ਟਰਾਲਾ ਲੈ ਕੇ ਉਹ ਮਾਰਦਾ ਤੇ 3 ਘੰਟਿਆਂ 'ਚ 10 ਕੁਇੰਟਲ ਦੁੱਧ ਕੱਢ ਕੇ ਗੁੜ ਕੱਚਾ ਪਿੱਲਾ ਮਿਕਸ ਕਰਕੇ ਗੁੜ ਨੇ ਕਹਿ ਰਹਿਣਾ ਉਹਨੇ ਤਾਂ ਆਪ ਹੀ ਉੱਲੀ ਬਣਨ ਲੱਗ ਜਾਣੀ ਉਹਨੂੰ ਫਿਰ ਆ ਕੇ ਪਤਾ ਫਿਰ ਹੌਂਸਲਾ ਕੇ ਕਹਿਣਾ ਦਿੰਦੇ ਆਪਣਾ ਚੱਲ ਡੰਗਰੇ ਖਾ ਲੂੰਗੇ ਆ ਕਹਿ ਕੇ ਹੌਂਸਲਾ ਜਿਹਾ ਦੇ ਲੈਂਦੇ ਆਪਣੇ ਆਪ ਨੂੰ ਚੀਨੀ ਪਰ ਹੋ ਗਏ ਆਪਾਂ ਸ਼ੂਗਰ ਪਰ ਆਉਣਾ ਗੁੜ ਨੂੰ ਭੁੱਲ ਗਏ ਚੱਲ ਕੋਈ ਨੀ ਹੌਲੀ ਹੌਲੀ ਆਉਣਾ ਪੈਣਾ ਮੁੜ ਕੇ ਜਿਹੜੇ ਹਿਸਾਬ ਨਾਲ ਬਿਮਾਰੀਆਂ ਵੱਧਦੀਆਂ ਜਾਂਦੀਆਂ ਹਾਂ ਆਉਣਾ ਪੈਣਾ ਮੁੜ ਕੇ ਸਰਦਾ ਵੀ ਨੀ ਗੱਲ ਤਾਂ ਵੀ ਜੇ ਸਰ ਜਾਵੇ ਫਿਰ ਤਾਂ ਨਾ ਕਰੀਏ ਚਲੋ ਹੁਣ ਦੇਖਦੇ ਜੀ ਗੁੜ ਪੱਕਦੇ ਪਰੇ ਤੁਹਾਨੂੰ ਮਿਲਾਂਗੇ ਜੀ ਜਿਹੜੇ ਕੰਮ ਨੂੰ ਹੱਥ ਪਾ ਕੱਚਾ ਛੱਡੇ ਹੀ ਨੀ ਫਿਰ ਤਸੱਲੀ ਕਰਾ ਕੇ ਹਾਂਜੀ ਗੰਨੇ ਦੀਆਂ ਪੇਮੈਂਟਾਂ ਆ ਜਾਵੇਗਾ 2-4 ਕਬੀਲਦਾਰੀ ਹੈ ਗੰਨਿਆਂ ਦੀਆਂ ਪੇਮੈਂਟ ਆ ਜਾਵੇ ਜੀ 2-4 ਪਰਚੀਆਂ ਦੀਆਂ ਫਿਰ ਕਰ ਦਾਂਗੇ ਪ੍ਰੋਜੈਕਟ ਸ਼ੁਰੂ ਚੱਲ ਹਜੇ ਕਿਹੜਾ ਕੋਈ ਚੱਕਰ ਆ ਹਾਂ ਪਰ ਤੇ ਨੀ ਮਿਲਦਾ ਅੱਜ ਕੱਲ੍ਹ ਲਓ ਜੀ ਆ ਗਿਆ ਵਾਲਾ ਇਹਨੂੰ ਹੁਣ ਦੇਖੋ ਭਿੰਡੀਆਂ ਦੇ ਰਸ ਨਾਲ ਵੀ ਮੈਲ ਕੱਢਦੇ ਹੁੰਦੇ ਨਾ ਭਿੰਡੀਆਂ ਦੇ ਮਿੱਠਾ ਸੋਡਾ ਹੋ ਗਿਆ ਪੱਕ ਚੱਲਿਆ ਜੀ ਗੁੜ ਕਿਆ ਪਤਾ ਲੱਗਦਾ ਜੀ ਇਹ ਤਾਂ ਹੁਣ ਵੀ ਬਣ ਗਿਆ ਇਹ ਕਣਕ ਹੁਣ ਦਾ ਕਿਆ ਪਤਾ ਲੱਗੂਗਾ ਉਂਗਲੀ ਜਲ ਜਾਂਦੀ ਹੈ ਖੁਸ਼ਬੂ ਤਾਂ ਲੱਗ ਗਈ ਮਹਿਕ ਜੀ ਵਹਿਣ ਪੂਰੀ ਫੈਲਣ ਬਣ ਜੂ ਵਧੀਆ ਮਿੱਠਾ Thank you.
ਕਰ ਲਓ ਮਿੱਠਾ ਦੁੱਧ ਲਾ ਦਿੰਦਾ ਹਾਂ।